ਮੰਮੀ ਮੈਂ ਤੁਹਾਡੇ ਨਾਲ ਨਾ ਬਾਅਦ ਚ ਗੱਲ ਕਰਦੀ ਆ, ਆ ਸ਼ਰੀਕ ਜੇ ਆਏ ਨੇ ਦਿਮਾਗ ਹੀ ਘੁਮਾ ਕੇ ਰੱਖ ਛੱਡਿਆ। ਮੰਮੀ ਕੀ ਹੋਇਆ? ਆ ਤਾਈ ਵੀ ਬੜੇ ਗੁੱਸੇ ਨਾਲ ਗਏ ਨੇ, ਭਾਬੀ ਵੀ ਬੜੇ ਗੁੱਸੇ ਨਾਲ ਗਏ ਨੇ, ਰਮਨ ਭਾਜੀ ਫੇਰ ਹਲੇ ਸਹੀ ਸੀਗੇ। ਬਸ ਅੱਗ ਜੀ ਲੱਗੀ ਪਈ ਏ, ਕਿਸੇ ਦਾ ਘਰ ਸੁਖੀ ਵੱਸ ਜਾਵੇ ਇਹਨਾਂ ਨੂੰ ਚੈਨ ਹੀ ਨਹੀਂ। ਇਸ ਗੱਲੋਂ ਨਾ ਮੰਮੀ, ਰਮਨ ਭਾਈ ਦਾ ਸੁਭਾਅ ਵਧੀਆ, ਉੱਪਰ ਆ ਕੇ ਮੂੰਹ ਵੀ ਮਿੱਠਾ ਕਰਾ ਕੇ ਗਏ ਨੇ ਤੇ ਬੱਚੇ ਨੂੰ ਸ਼ਗਨ ਵੀ ਦੇ ਕੇ ਗਏ ਨੇ ਤੇ ਉਹਦੇ ਨਾਲ ਖੇਡ ਕੇ ਵੀ ਗਏ ਨੇ। ਮੁੰਡਾ ਦੇ ਚੱਲ ਵਧੀਆ, ਆ ਸੱਸ ਨੂੰਹਾਂ ਵੇਖੀਆਂ ਨੇ, ਮੁੰਡਾ ਵੇਖਣ ਆਈਆਂ, ਮੁੰਡੇ ਨੂੰ ਸ਼ਗਨ ਦਿੱਤਾ, ਮੁੰਡੇ ਨੂੰ ਚੱਕਿਆ, ਬਸ ਮੱਚੀਆਂ ਪਈਆਂ ਨੇ। ਮੰਮੀ ਪਰ ਮੱਚਣ ਦੀ ਵੀ ਤਾਂ ਕੋਈ ਵਜ੍ਹਾ ਹੀ ਹੁੰਦੀ ਹੈ, ਹੁਣ ਜੇ ਤੁਸੀਂ ਬੋਲੋਗੇ ਅਗਲੇ ਸ਼ਰੀਕ ਸ਼ਰੀਕ ਕਹਿੰਦੇ ਨੇ ਫਿਰ। ਮੱਚ ਤੇ ਇਹਨਾਂ ਨੂੰ ਉੱਥੋਂ ਲੱਗੀ ਹੋਈ ਏ ਵੀ ਮੁੰਡੇ ਦਾ ਵਿਆਹ ਕਰਾ ਦੇਈਏ, ਹੁਣ ਜੇ ਮੁੰਡੇ ਦਾ ਦੂਜਾ ਵਿਆਹ ਕਰਾ ਦਿੰਦੇ ਚਾਰ ਪੈਸੇ ਬਣ ਜਾਂਦੇ, ਬਸ ਉਹੀ ਮੱਚ ਜੀ ਲੱਗੀ ਹੋਈ ਏ। ਮੰਮੀ ਹੱਦ ਹੈ, ਇਹ ਇਹਨਾਂ ਦਾ ਦੂਜਾ ਵਿਆਹ ਕਰਾਉਣ ਨੂੰ ਤੁਲੇ ਹੋਏ ਨੇ, ਜਦ ਕਿ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਵੀ ਹੈ। ਫਿਰ ਵੀ ਛੱਡ ਤੂੰ ਇਹਨਾਂ ਦੀਆਂ ਗੱਲਾਂ ਨੂੰ, ਗੱਲਾਂ ਗੱਲਾਂ 'ਚ ਨਾ ਮੈਂ ਵੀ ਬਥੇਰੀਆਂ ਗੱਲਾਂ ਸੁਣਾਤੀਆਂ ਨੇ, ਹੁਣ ਤੂੰ ਮੈਨੂੰ ਇਹ ਦੱਸ ਵੀ ਤੂੰ ਲੱਡੂ ਨਾਲ ਖੁਸ਼ ਹੈ ਨਾ? ਹਾਂਜੀ ਮੰਮੀ, ਤੁਹਾਨੂੰ ਪਤਾ ਤਾਂ ਹੈ ਜਦ ਦਾ ਹੋਇਆ ਮੇਰੇ ਕੋਲ ਤਾਂ ਰਹਿੰਦਾ, ਸਗੋਂ ਟਾਈਮ 'ਤੇ ਸੋ ਜਾਂਦਾ, ਟਾਈਮ 'ਤੇ ਖੇਡਦਾ ਅਤੇ ਦੁੱਧ ਵੀ ਟਾਈਮ 'ਤੇ ਪੀ ਲੈਂਦਾ। ਕਹਿਣ ਦਾ ਮਤਲਬ ਇਹ ਹੈ ਵੀ ਤੈਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਲੱਡੂ ਨੂੰ ਪਾਲਣ ਦੀ? ਜੇ ਤੈਨੂੰ ਕੋਈ ਮੁਸ਼ਕਲ ਲੱਗਦੀ ਹੈ ਨਾ ਤੇ ਜੈਸਮੀਨ ਨੂੰ ਪੁੱਛ ਲਈ। ਉਹ ਨਹੀਂ ਨਹੀਂ ਮੰਮੀ, ਮੈਨੂੰ ਤਾਂ ਕੋਈ ਦਿੱਕਤ ਨਹੀਂ ਆ ਰਹੀ ਉਹਨੂੰ ਪਾਲਣ ਦੇ ਵਿੱਚ, ਹੁਣ ਤਾਂ ਸਗੋਂ 2 ਦਿਨ ਦਾ ਮੇਰੇ ਨਾਲ ਲੱਗ ਲੱਗ ਕੇ ਸੋ ਰਿਹਾ ਵਾ, ਪਿਆਰ ਜ਼ਿਆਦਾ ਪੈ ਰਿਹਾ। ਜੈਸਮੀਨ ਦੇ ਭਰਾ ਨੇ ਨਾ ਗੱਲ ਤਾਂ ਬੇਵਕੂਫੀ ਵਾਲੀ ਕੀਤੀ ਸੀ, ਪਰ ਫੇਰ ਵੀ ਨਾ 2 ਲੱਖ ਰੁਪਈਆ ਦੇ ਦਿਓ, ਅਗਲੇ ਦਾ ਨਾ ਮੂੰਹ ਬੰਦ ਹੋ ਜਾਂਦਾ। ਤੂੰ ਸੋਚਾਂ 'ਚ ਪੈ ਗਈ ਹੈ ਕੀ ਗੱਲ, ਪੈਸਿਆਂ ਦਾ ਰੇਂਜ ਹੋਇਆ ਨੀ? ਨਹੀਂ ਨਹੀਂ ਮੰਮੀ, ਪੈਸੇ ਤਾਂ ਸਾਡੇ ਕੋਲ ਸਿਰਫ 40-50 ਹਜ਼ਾਰ ਰੁਪਇਆ ਪਿਆ, ਬਾਕੀ ਇਹ ਇੱਧਰ ਉੱਧਰ ਕਰਦੇ ਪਏ ਨੇ, ਕੰਮ ਕਰਕੇ ਫਿਰ ਮੋੜ ਦਾਂਗੇ। ਹਿਸਾਬ ਤੇ ਸਾਰਾ ਨਾ ਆਸ਼ੀਸ਼ ਕੋਲ ਰਹਿੰਦਾ, ਉਹ ਤਾਂ 2 ਲੱਖ ਦੇ ਦੇਵੇ, ਪਰ ਫੇਰ ਵੀ ਉਹਨਾਂ ਨੇ ਕਹਿਣਾ ਵੀ ਇਹਨਾਂ ਨੇ ਕੀ ਕੀਤਾ। ਨਹੀਂ ਨਹੀਂ ਮੰਮੀ, ਪੈਸੇ ਤਾਂ ਅਸੀਂ ਉਹ ਦੇਵਾਂਗੇ ਇਕੱਠੇ ਕਰਕੇ, ਅਸੀਂ ਵੀ ਤਾਂ ਮਾਂ ਪਿਓ ਬਣੇ ਆ ਨਾ, ਸਾਨੂੰ ਵੀ ਤਾਂ ਪਤਾ ਲੱਗੇ ਅਸੀਂ ਆਪਣੇ ਬੱਚੇ ਵਾਸਤੇ ਕੀ ਕੁਛ ਕਰ ਸਕਦੇ ਹਾਂ। ਦੇਖੋ ਪੁੱਤ, ਕਿਤੇ ਨਾ ਤੁਹਾਡੇ ਉੱਤੇ ਉਸ ਬੱਚੇ ਦੀ ਜ਼ਿੰਮੇਵਾਰੀ ਪੈ ਗਈ, ਉਹਨੂੰ ਹੁਣ ਨਾ ਸੋਹਣੀ ਤਰ੍ਹਾਂ ਰੱਖਿਓ ਤੇ ਸੋਹਣੀ ਤਰ੍ਹਾਂ ਪਾਲਿਓ। ਜੈਸਮੀਨ ਨੂੰ ਕਿਤੇ ਇਹ ਨਾ ਲੱਗੇ ਵੀ ਮੇਰੇ ਬੱਚੇ ਦੀ ਦੇਖਭਾਲ ਨਹੀਂ ਕਰ। ਕੋਈ ਗੱਲ ਨਹੀਂ ਮੰਮੀ, ਇਸ ਕਰਨੇ ਉਹ ਨਾ ਤੁਹਾਡੇ ਕੋਲ ਸ਼ਿਕਾਇਤ ਦਾ ਮੌਕਾ ਨਹੀਂ ਆਏਗਾ। ਚਲੋ ਠੀਕ ਹੈ ਮੰਮੀ, ਮੈਂ ਨਾ ਦੁੱਧ ਬਣਾ ਲਾ, ਲੱਡੂ ਦੇ ਨਾ ਉੱਠਣ ਦਾ ਟਾਈਮ ਹੋ ਗਿਆ। ਜੈਸਮੀਨ ਦੀਦੀ, ਤੁਸੀਂ ਉੱਪਰ ਇਕੱਲੇ ਬੈਠੇ ਰਹਿੰਦੇ ਹੋ, ਮੰਮੀ ਕੋਲ ਵੀ ਬਹਿ ਜਾਇਆ ਕਰੋ ਨੀਚੇ ਆ ਕੇ। ਹਾਂ ਮੈਂ ਤਾਂ ਮੰਮੀ ਕੋਲ ਹੀ ਆਈ ਹਾਂ, ਨਾਲੇ ਮੈਨੂੰ ਤੂੰ ਦੱਸ ਤੂੰ ਨੀਚੇ ਕੀ ਕਰਦੇ ਪਈ ਆ ਮੁੰਡਾ ਛੱਡ ਕੇ? ਓ ਹੋ ਜੈਸਮੀਨ ਦੀਦੀ, ਤੁਸੀਂ ਨਾ ਮੁੰਡੇ ਦੀ ਫਿਕਰ ਕਰਿਆ ਕਰੋ, ਮੈਂ ਸੁੱਤਾ ਹੋਇਆ ਸੀਗਾ ਤੇ ਮੈਂ ਮੰਮੀ ਨਾਲ ਤੁਹਾਡੀ ਕੋਈ ਗੱਲ ਕਰਨ ਆਈ ਸੀ, ਹੁਣ ਉਹਦੇ ਉੱਠਣ ਦਾ ਟਾਈਮ ਹੋਇਆ, ਮੈਂ ਉਹਦੇ ਲਈ ਦੁੱਧ ਬਣਾਉਣ ਲੱਗੀ ਸੀ। ਚੱਲ ਠੀਕ ਹੈ, ਖਾਸਾ ਧਿਆਨ ਰੱਖੀ ਉਹਦਾ, ਮੈਨੂੰ ਕਦੇ ਇਹ ਨਾ ਲੱਗੇ ਤੇ ਉਹਦਾ ਧਿਆਨ ਨਹੀਂ ਰੱਖ ਪਾ ਰਹੀ। ਓਹੋ ਟੈਨਸ਼ਨ ਨਾ ਲਓ ਦੀਦੀ, ਇਸੇ ਘਰ 'ਚ ਉਹਨੇ ਪਾਲ ਕੇ ਵੱਡਾ ਹੋਣਾ ਤੇ ਤੁਸੀਂ ਵੀ ਦੇਖੋਗੇ ਅਸੀਂ ਉਹਦਾ ਕਿੱਦਾਂ ਧਿਆਨ ਰੱਖਿਆ। ਤੁਸੀਂ ਮੰਮੀ ਕੋਲ ਬੈਠੋ, ਮੈਂ ਦੁੱਧ ਬਣਾ ਲਾ ਦੇਵੀ। ਮੰਮੀ ਮਨ 'ਚ ਨਾ ਗੱਲਾਂ ਜਿਹੀਆਂ ਆ ਰਹੀਆਂ ਸੀਗੀਆਂ, ਮੈਂ ਤੁਹਾਡੇ ਨਾਲ ਕਰਾਂ। ਹਾਂ ਹਾਂ ਕਰ ਗੱਲ, ਹੁਣ ਆਪਾਂ ਜਿਹੜੀਆਂ ਘਰ 'ਚ 3 ਲੇਡੀਜ਼ ਹਾਂ, ਆਪਾਂ ਆਪਸ 'ਚ ਦੁੱਖ ਸੁੱਖ ਕਰਨਾ, ਉਹ ਭਰਾਵਾਂ ਭਰਾਵਾਂ ਨੇ ਆਪਸ 'ਚ ਦੁੱਖ ਸੁੱਖ ਕਰਨਾ। ਮੰਮੀ ਮੈਂ ਲੱਡੂ ਦੇ ਤਾਂ ਦਿੱਤਾ ਪਰ ਕਿਤੇ ਨਾ ਕਿਤੇ ਮੇਰਾ ਮਨ ਨਹੀਂ ਲੱਗਦਾ ਪਿਆ। ਕੋਈ ਗੱਲ ਨਹੀਂ ਪੁੱਤ, ਹੌਲੇ ਹੌਲੇ ਨਾ ਸਭ ਠੀਕ ਹੋ ਜਾਏਗਾ, ਵੱਡੇ ਮੁੰਡੇ ਨਾਲ ਨਾ ਥੋੜ੍ਹਾ ਜਿਹਾ ਘੁਲ ਮਿਲ ਜਾ, ਫਿਰ ਤੇਰਾ ਮਨ ਕਿਤੇ ਹੋਰ ਲੱਗ ਜਾਏਗਾ।
ਮੰਮੀ, ਵੱਡੇ ਮੁੰਡੇ ਦੀ ਤੁਸੀਂ ਗੱਲ ਕੀਤੀ, ਮੈਨੂੰ ਤਾਂ ਯਾਦ ਆਇਆ, ਉਹ ਤਾਂ ਮਾਸੀ ਵੱਲ ਗਿਆ ਹੋਇਆ। ਜਦੋਂ ਉਹ ਆਏਗਾ ਉਹਨੂੰ ਮੈਂ ਕੀ ਜਵਾਬ ਦੇਵਾਂਗੀ ਕਿ ਭਰਾ ਹੁਣ ਤੇਰਾ ਚਾਚੀ ਕੋਲ ਰਹਿੰਦਾ? ਹਾਂ, ਤੇ ਤੂੰ ਉਹਨੂੰ ਕਹਿ ਦੀ ਵੀ ਆਪਾਂ ਨਾ ਲੱਡੂ ਚਾਚੀ ਨੂੰ ਦੇ ਦਿੱਤਾ, ਪਹਿਲੇ ਵੀ ਉਹ ਤੇਰਾ ਭਰਾ ਸੀ, ਭਰਾ ਹੁਣ ਵੀ ਸੀ, ਰਿਸ਼ਤਾ ਨਹੀਂ ਆਪਣਾ ਬਦਲੇਗਾ। ਇੱਕ ਗੱਲ ਹੋਰ ਸੀਗੀ, ਜੇ ਮੈਂ ਕਿਤੇ ਮਾਰਕੀਟ ਜਾਣਾ ਜਾਂ ਪੇਕੇ ਜਾਣਾ, ਮੈਂ ਲੱਡੂ ਨੂੰ ਨਾਲ ਲੈ ਕੇ ਜਾ ਸਕਦੀ ਹਾਂ ਨਾ? ਹਾਂ ਹਾਂ, ਤੂੰ ਲੈ ਕੇ ਜਾ ਸਕਦੀ ਹੈ, ਪਰ ਤੂੰ ਰੋਜ਼ ਵੀ ਲੱਡੂ ਨੂੰ ਲੈ ਕੇ ਜਾਏਂਗੀ ਨਾ, ਤੇਰਾ ਉਹਦੇ ਨਾਲ ਮੋਹ ਪੈ ਜਾਣਾ, ਤੈਨੂੰ ਫਿਰ ਔਖਾ ਲੱਗਣਾ। ਚਲੋ ਠੀਕ ਹੈ, ਪਰ ਮੇਰੀ ਗੱਲ ਸੁਣੋ, ਇੱਦਾਂ ਨਾ ਹੋਵੇ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਇੱਕ ਵਾਰੀ ਬੱਚਾ ਉਹਨਾਂ ਨੂੰ ਦੇ ਦਿੱਤਾ, ਫਿਰ ਤੁਹਾਡਾ ਉਹਦੇ 'ਤੇ ਹੱਕ ਨਹੀਂ, ਇੱਦਾਂ ਨਾ ਹੋਵੇ ਸਾਡੇ ਘਰ 'ਚ। ਹੱਕ ਤਾਂ ਤੇਰਾ ਵੀ ਹੈਗਾ, ਪਰ ਹੱਕ ਨਾ ਉਹਨਾਂ ਕੁ ਜਿਤਾਈ, ਐ ਨਾ ਹੋਵੇ ਤੂੰ ਲੱਡੂ ਨੂੰ ਲੈ ਕੇ ਆਪਣੇ ਕਮਰੇ 'ਚ ਸਵਾਵੇਂ, ਅਤੇ ਤੂੰ ਲੱਡੂ ਨੂੰ ਆਪਣੇ ਕਮਰੇ 'ਚ ਰੱਖੇ, ਫਿਰ ਉਹੀ ਘਰ ਦੇ ਵਿੱਚ ਗੱਲ ਹੋਵੇ। ਹੱਕ ਤਾਂ ਤੇਰਾ ਵੀ ਲੱਡੂ 'ਤੇ ਹੈਗਾ, ਪਰ ਤੇਰੇ ਤੋਂ ਵੱਧ ਕੇ ਨਾ ਰਾਧਿਕਾ ਦਾ ਹੱਕ ਹੈ, ਹੁਣ ਤੂੰ ਉਹਦੀ ਤਾਈ ਹੈ, ਮਾਂ ਨਹੀਂ। ਬਸ ਦਿਮਾਗ 'ਚ ਨਾ ਹੁਣ ਇੱਕ ਗੱਲ ਪਾ ਲੈ, ਤਾਈ ਨਾ ਮਾਵਾਂ ਵਰਗੀ ਹੁੰਦੀ ਹੈ, ਪਰ ਮਾਂ ਨਹੀਂ ਹੁੰਦੀ। ਚੱਲ ਹੁਣ ਤੂੰ ਆਹ ਗੱਲ ਛੱਡ, ਮੈਨੂੰ ਇਹ ਦੱਸ ਵੀ ਹਰਦੀਪ ਉੱਪਰ ਬਹਿ ਕੇ ਤੇਰੇ ਕੀ ਕੰਨ ਭਰ ਕੇ ਗਈ ਹੈ? ਨਹੀਂ ਨਹੀਂ ਮੰਮੀ, ਤੁਹਾਨੂੰ ਪਤਾ ਹੀ ਹੈ ਸ਼ਰੀਕਾ ਦਾ ਕੰਮ ਕੀ ਹੈ, ਭੜਕਾਉਣਾ, ਪਰ ਮੈਂ ਨਾ ਉਹਦੀਆਂ ਗੱਲਾਂ 'ਚ ਨਹੀਂ ਆਉਂਦੀ, ਤੁਸੀਂ ਐਵੇਂ ਬੋਝ ਨਾ ਪਾਓ। ਉਹਦੀਆਂ ਗੱਲਾਂ ਵਿੱਚ ਆ ਕੇ ਨਾ ਪੁੱਤ ਆਪਣਾ ਹੱਸਦਾ ਵਸਦਾ ਘਰ ਨਾ ਖਰਾਬ ਕਰ ਲਈ। ਚਲੋ ਠੀਕ ਹੈ ਮੰਮੀ, ਮੈਂ ਜਾਂਦੀ ਆਪਣੇ ਕਮਰੇ 'ਚ। ਜਿਸ ਹਿਸਾਬ ਨਾਲ ਇਹ ਬੋਂਦਲੀ ਫਿਰਦੀ ਹੈ ਨਾ, ਕੁਛ ਕਰੂਗੀ। ਜੀ ਆ ਲਓ ਪਾਣੀ। ਮੇਰੀ ਗੱਲ ਸੁਣੋ, ਅਤਾਈ ਜੀ ਆਏ ਹੋਏ ਸੀਗੇ ਅਤੇ ਰਮਨ ਵੀਰ ਜੀ ਆਏ, ਉਹਨਾਂ ਨੂੰ ਤੁਸੀਂ ਮਿਲ ਕੇ ਚੱਲ ਗਏ, ਬਾਕੀਆਂ ਨੂੰ ਨਹੀਂ ਸੀ ਮਿਲਣਾ? ਉਹ ਯਾਰ, ਤੈਨੂੰ ਪਤਾ ਨਾ ਕੱਲ੍ਹ ਰੁਪਈਆ 2 ਲੱਖ ਦੇਣਾ, ਅਤੇ ਉਹਦੀ ਟੈਨਸ਼ਨ ਪਈ ਹੋਈ ਹੈ। ਰਿਸ਼ਤੇਦਾਰਾਂ ਦਾ ਕੀ ਹੈ, ਇਹਨਾਂ ਨੂੰ ਬਾਅਦ 'ਚੋਂ ਮਿਲ ਲਾਂਗੇ, ਪਰ ਕਿਸੇ ਵੀ ਕੀਮਤ 'ਤੇ ਨਾ ਲੱਡੂ ਨੂੰ ਹੱਥੋਂ ਨਹੀਂ ਜਾਣ ਦੇਣਾ। ਇਹ ਤਾਂ ਗੱਲ ਤੁਹਾਡੀ ਸਹੀ ਹੈ, ਨਾਲੇ ਮੇਰੀ ਗੱਲ ਸੁਣੋ, ਲਿਫਾਫੇ 'ਚ ਕੀ ਹੈ, ਪੈਸੇ ਕਿੱਥੋਂ ਲੈ ਕੇ ਆਏ ਤੁਸੀਂ? ਉਹ ਯਾਰ, ਤੈਨੂੰ ਪਤਾ ਤਾਂ ਹੈ ਆਪਣੀ ਕਿਹੜਾ ਯਾਰੀ ਦੋਸਤੀ ਘੱਟ ਆ, ਆਪਣੇ ਯਾਰ ਦੋਸਤ ਹੋ ਗਿਆ ਸੀਗਾ ਉਹ ਫੈਕਟਰੀ ਵਾਲਾ ਦਮਨ, ਉਹਦੇ ਕੋਲ ਫੜ ਕੇ ਲਿਆਉਂਦਾ 50,000 ਰੁਪਇਆ। ਜੀ 50,000 ਰੁਪਇਆ ਆਪਣੇ ਕੋਲ ਪਿਆ, ਅਤੇ 50,000 ਰੁਪਇਆ ਤੁਸੀਂ ਲੈ ਕੇ ਆਏ ਹੋ, ਅਤੇ ਇਹ ਤਾਂ ਹੋ ਗਿਆ ਸਿਰਫ 1 ਲੱਖ ਰੁਪਇਆ, ਅਤੇ ਬਾਕੀ 1 ਲੱਖ ਦਾ ਕਿੱਦਾਂ ਕਰਨਾ? ਯਾਰ ਮੇਰੀ ਗੱਲ ਸੁਣ, ਮੈਂ ਜਿਹੜੇ ਮੁੰਡੇ ਕੋਲ ਪੈਸੇ ਫੜ ਕੇ ਲਿਆ ਨਾ, ਇਹ ਉਸ ਮੁੰਡੇ 'ਚ ਅਤੇ ਮੇਰੇ 'ਚ ਗੱਲ ਆ। ਹੁਣ 3-4 ਬੰਦੇ ਹੋਰ ਹੈਗੇ ਨੇ, ਉਧਾਰ ਤਾਂ ਮੈਂ 5 ਲੱਖ ਰੁਪਇਆ ਫੜ ਲਾ, ਪਰ ਜਿਸ ਦਿਨ ਪੈਸੇ ਲੇਟ ਹੋ ਗਏ ਨਾ, ਅਤੇ ਵੱਡੇ ਵੀਰੇ ਨੂੰ ਫੋਨ ਚੱਲ ਜਾਣਾ, ਅਤੇ ਵੱਡੇ ਵੀਰੇ ਨੇ ਘਰ ਆ ਕੇ ਮੈਨੂੰ ਕਹਿਣਾ ਵੀ ਤੂੰ ਮੇਰੇ ਕੋਲ ਮੰਗ ਲੈਂਦਾ, ਤੈਨੂੰ ਕੀ ਲੋੜ ਪਈ ਸੀਗੀ ਉਹਨਾਂ ਕੋਲ ਉਧਾਰ ਚੱਕਣ ਦੀ? ਜੀ ਇਹ ਵੀ ਤੁਹਾਡੀ ਗੱਲ ਸਹੀ ਹੈ, ਜੇ ਆਪਾਂ ਥਾਂ ਥਾਂ ਤੋਂ ਮੰਗਾਂਗੇ ਤਾਂ ਮੁੜ ਕੇ ਦੇਣੇ ਵੀ ਔਖੇ ਹੋ ਜਾਣੇ ਸਾਨੂੰ। ਅਤੇ ਮੈਂ ਉਹੀ ਕਹਿ ਰਿਹਾ, ਜਿੰਨੀ ਕੁ ਮੈਨੂੰ ਲੋੜ ਸੀ ਮੈਂ ਉਨੀ ਕੁ ਫੜ ਲਏ, ਇੰਨੀ ਕੁ ਤਾਂ ਆਪਾਂ ਕੰਮ ਲਾ ਕੇ ਤਾਰ ਦਾਂਗੇ। ਹੁਣ ਤੂੰ ਇਹ ਦੇਖ 1 ਲੱਖ ਹੈਗਾ, 1 ਲੱਖ ਦਾ ਹੋਰ ਕਿੱਦਾਂ ਇੰਤਜ਼ਾਮ ਕਰੀਏ? ਜੇ ਤੁਸੀਂ ਕਹਿੰਦੇ ਹੋ ਮੈਂ ਮੰਮੀ ਨੂੰ ਫੋਨ ਕਰਕੇ ਗੱਲ ਕਰਕੇ ਦੇਖਾਂ ਵੀ ਉਹ ਕੀ ਕਹਿੰਦੇ ਨੇ। ਤੂੰ ਰਹਿਣ ਦੇ, ਉੱਧਰ ਨਾ ਫੋਨ ਕਰ, ਉੱਧਰੋਂ ਨਹੀਂ ਹੈਲਪ ਲੈਣੀ, ਕਿਉਂਕਿ ਉੱਧਰ ਉਹਨਾਂ ਦਾ ਘਰ ਤਾਂ ਵੈਸੇ ਹੀ ਖਿੰਡਿਆ ਪਿਆ, ਤੈਨੂੰ ਪਤਾ ਹੀ ਹੈ ਵੀ ਰੀਆ ਦਾ ਉਹਨਾਂ ਨਾਲ ਕੀ ਹਿਸਾਬ ਚੱਲਦਾ ਪਿਆ, ਅਤੇ ਅੱਜੂ ਦਾ ਕੀ ਚੱਲਦਾ ਪਿਆ, ਉਹਨਾਂ ਦੇ ਘਰ ਪਹਿਲਾਂ ਹੀ ਕਲੇਸ਼ ਹੈ, ਅਸੀਂ ਆਪਦੇ ਪੈਸਿਆਂ ਦਾ ਕਵਾਂਗੇ, ਉੱਧਰ ਫਿਰ ਨਾ ਕੋਈ ਕਲੇਸ਼ ਛੱਡ ਜੇ, ਅੱਗੇ ਤੂੰ ਮਾੜੀ ਬਣੀ ਹੈ ਫਿਰ ਤੂੰ ਮਾੜੀ ਬਣੀ। ਮੇਰੀ ਗੱਲ ਸੁਣੋ, ਮੈਂ ਆਪਣੇ ਭਰਾ ਕੋਲੋਂ ਮੰਗਣੇ, ਮੈਂ ਆਪਣੀ ਮਾਂ ਕੋਲੋਂ ਮੰਗਣੇ, ਉਹ ਵਿੱਚ ਬੋਲਦੀ ਆ ਤਾਂ ਬੋਲੀ ਜਾਵੇ, ਮੈਨੂੰ ਉਹਦੇ ਤੋਂ ਕੀ ਲੈਣਾ ਦੇਣਾ? ਨਾਲੇ ਇਹੋ ਜਿਹੇ ਟਾਈਮ 'ਤੇ ਮੇਰੇ ਪੇਕੇ ਵਾਲੇ ਮੇਰੇ ਨਾਲ ਨਹੀਂ ਖੜੂਗੇ, ਅਤੇ ਹੋਰ ਕੌਣ ਖੜੂਗਾ? ਤੂੰ ਇੱਦਾਂ ਕਰ, ਹਾਲੇ ਅੱਜ ਸ਼ਾਮ ਦੇ 5 ਵਜੇ ਨੇ, ਅਤੇ ਆਪਣੇ ਕੋਲ ਕੱਲ੍ਹ ਸਵੇਰ ਤੱਕ ਦਾ ਟਾਈਮ ਹੈਗਾ, ਮੈਂ ਦੇਖਦਾ ਇੱਧਰ ਉੱਧਰ ਹੱਲ ਕਰਕੇ, ਨਹੀਂ ਤਾਂ ਫਿਰ ਆਹ ਮੇਰੇ ਕੋਲ ਚੈਨ ਪਈ ਹੈ, ਆਪਾਂ ਚੈਨ ਵੇਚ ਦਿੰਦੇ ਹਾਂ।
ਉਹ ਨਹੀਂ ਨਹੀਂ ਤੁਸੀਂ ਨਾ ਗਲਾ ਨਹੀਂ ਖਾਲੀ ਕਰਨਾ, ਐਂ ਤਾਂ ਮੇਰੇ ਕੋਲ ਵੀ ਗੋਲਡ ਪਿਆ, ਮੈਂ ਵੀ ਵੇਚ ਦੇਵਾਂ, ਜੇ ਘਰ ਪਤਾ ਲੱਗ ਗਿਆ ਨਾ ਐਵੇਂ ਵਾਧੂ ਦਾ ਕਲੇਸ਼ ਪਊਗਾ ਅਤੇ ਵੱਡਾ ਵੀਰਾ ਅਲੱਗ ਸਾਨੂੰ ਬੋਲੂਗਾ, ਕੋਈ ਫਾਇਦਾ ਨਹੀਂ ਗਾ, ਆਪਣੇ ਕੋਲ ਟਾਈਮ ਹੈਗਾ, ਆਪਾਂ ਅਰੇਂਜ ਦੇਖਦੇ ਹਾਂ ਕਰ ਲੈਂਦੇ ਹਾਂ। ਪਰ ਮੈਂ ਤਾਂ ਇਹੀ ਕਹਿੰਦਾ ਨਾ, ਆਪਾਂ ਇਹੋ ਜਿਹਾ ਸੋਨੇ ਦਾ ਕਰਨਾ ਵੀ ਕੀ ਹੈ, ਆਪਾਂ ਨੂੰ ਤਾਂ ਸੋਨੇ ਜਿਹਾ ਪੁੱਤ ਚਾਹੀਦਾ ਜਿਹੜਾ ਮਿਲ ਗਿਆ। ਉਹ ਰੁੱਖ ਜੋ ਆਰਾਮ ਨਾਲ ਬਹਿ ਕੇ ਫੈਸਲੇ ਲਈਦੇ ਹੁੰਦੇ ਹਰ ਚੀਜ਼ ਦੇ, ਗਰਮ ਗਰਮ ਰੋਟੀ ਮੂੰਹ 'ਚ ਪਾਇਆ ਨਾ ਮੂੰਹ ਆਪਣਾ ਹੀ ਸੜਦਾ, ਜੇ ਰੱਬ ਨੇ ਲੱਡੂ ਆਪਣੀ ਝੋਲੀ ਪਾਇਆ ਨਾ ਉਹਨੇ ਹੋਰ ਬਾਕੀ ਵੀ ਹੱਲ ਕਰ ਦੇਣੇ, ਤੁਸੀਂ ਚਿੰਤਾ ਨਾ ਕਰੋ। ਚੱਲ ਫੜ ਫਿਰ, ਆ 50,000 ਹੈ, 50,000 ਤੇ ਕੋਲ ਪਹਿਲਾਂ ਪਿਆ, ਰੁਪਈਆ ਹੋ ਗਿਆ ਲੱਖ, ਹੁਣ ਲੱਖ ਦਾ ਹੱਲ ਰਹਿ ਗਿਆ ਲੱਡੂਆ, ਘਰ ਕੋਈ ਹਿੱਲਾ ਵਸੀਲਾ ਬੱਬੇ ਸਾਡਾ। ਦੀਪੀ ਪਾਣੀ ਲਿਆਈ? ਉਹ ਦੇਖੋ ਕਿੱਡੀ ਵੱਡੀ ਰਸੋਈ, ਜਾ ਕੇ ਆਪੀ ਪਾਣੀ ਪੀ ਲਓ, ਮੇਰੇ ਕੋਲ ਟਾਈਮ ਹੈ ਨਹੀਂ। ਕੀ ਗੱਲ, ਜਦੋਂ ਦੀ ਚਾਚੀ ਵੱਲੋਂ ਆਈ ਆ ਉਦੋਂ ਦਾ ਤੇਰਾ ਮੂੰਹ ਬਣਿਆ ਆ? ਮੂੰਹ ਬਣੇ ਨਾ ਤਾਂ ਹੋਰ ਕੀ, ਜਦੋਂ ਸ਼ਗਨ ਸੀ ਉਦੋਂ ਮੈਨੂੰ ਅੱਗੇ ਕਰ ਲਿਆ, ਜਦੋਂ ਬੱਚਾ ਝੋਲੀ ਪਾਉਣਾ ਸੀ ਤੇ ਉਦੋਂ ਪਿੱਛੇ ਕਰਤਾ। ਤੈਨੂੰ ਮੈਂ ਉੱਥੇ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ, ਦੂਜਿਆਂ ਦੀ ਖੁਸ਼ੀ 'ਚ ਖੁਸ਼ ਹੋਣਾ ਸਿੱਖ ਲਾ, ਆਪਣੇ ਆਪਦੇ ਰਿਸ਼ਤੇਦਾਰ ਨੇ ਉਹ। ਖੁਸ਼ ਹੋਵੋ ਤੁਸੀਂ, ਸਕੇ ਤੁਹਾਡੇ ਨੇ, ਮੇਰੇ ਨਹੀਂ ਹੈਗੇ, ਤਾਂ ਹੀ ਤਾਂ ਕਿਲੋ ਵਾਲਾ ਡੱਬਾ ਉੱਥੇ ਛੱਡ ਆਉਂਦਾ ਤੁਸੀਂ ਨੇ। ਫਿਰ ਜੇ ਹੁਣ ਡੱਬਾ ਲਿਆਂਦਾ ਸੀ ਉਹਨਾਂ ਲਈ ਲਿਆਂਦਾ ਸੀ, ਉੱਥੇ ਛੱਡੂ, ਆਪਦੇ ਕੋਲ ਥੋੜ੍ਹੀ ਵਾਪਸ ਲਿਆਉਣਾ। ਤੁਸੀਂ ਨਾ ਉਹਨਾਂ ਪਿੱਛੇ ਲੱਗ ਕੇ ਮੇਰੇ ਨਾਲ ਕਲੇਸ਼ ਨਾ ਪਾਓ, ਅੱਜ ਤੋਂ ਬਾਅਦ ਜੇ ਚਾਚੀ ਕਨੀ ਜਾਣਾ ਨਾ ਤੁਸੀਂ ਇਕੱਲੇ ਜਾਇਓ, ਮੈਨੂੰ ਨਾ ਕਿਹੋ। ਬਹਿ ਜਾ ਟੇਕ ਕੇ, ਮੈਨੂੰ ਪਤਾ ਜੇ ਮੈਂ ਤੈਨੂੰ ਰੋਕੂੰਗਾ ਵੀ ਤਾਂ ਵੀ ਤੂੰ ਉੱਥੇ ਭੱਜ ਕੇ ਜਾਣਾ, ਮੈਨੂੰ ਪਤਾ ਕਿਹੜੀਆਂ ਹਰਕਤਾਂ ਕਰਕੇ ਆਇਆ ਉੱਥੇ ਤੂੰ। ਬਸ ਲਾਤੀ ਹੋਣੀ ਚਾਚੀ ਨੇ ਕੋਈ ਲੂਤੀ, ਨਾ ਮੈਂ ਕੀ ਹਰਕਤ ਕਰਕੇ ਆਈ ਹੈਗੀ। ਮੈਂ ਤੈਨੂੰ ਬੁਲਾਉਣ ਗਿਆ ਸੀ ਉੱਤੇ, ਮੈਂ ਸੁਣਿਆ ਤੇਰਾ ਸਾਰੀਆਂ ਗੱਲਾਂ ਜਿਹੜੀਆਂ ਤੂੰ ਭੜਕਾਉਂਦੀ ਪਈ ਸੀ ਉਹਨੂੰ ਜੈਸਮੀਨ ਨੂੰ। ਮੈਂ ਭੜਕਾਉਂਦੀ ਨਹੀਂ ਸੀ ਪਈ, ਮੈਂ ਜਾਣਦੀ ਹਾਂ ਮਾਂ ਦਾ ਦਰਦ ਕੀ ਹੁੰਦਾ ਹੈਗਾ, ਮੈਂ ਤਾਂ ਉਹਨੂੰ ਸਹੀ ਸਲਾਹ ਦਿੰਦੀ ਸੀਗੀ, ਆਹ ਦੇਖ ਲਿਓ ਹੁਣ ਥੋੜ੍ਹੇ ਜਿਹੇ ਦਿਨਾਂ ਨੂੰ ਉਹਨਾਂ ਦੇ ਘਰੇ ਕਲੇਸ਼ ਪੈਣਾ ਤੇ ਆਪਾਂ ਨੂੰ ਫੈਸਲੇ ਲਈ ਸੱਦਣਾ ਉਹਨਾਂ ਨੇ। ਗੱਲਾਂ ਤਾਂ ਤੂੰ ਉਹਦੇ ਨਾਲ ਘਰ ਤੋੜਨ ਵਾਲੀਆਂ ਕਰਕੇ ਆਈ ਆ, ਕਲੇਸ਼ ਤਾਂ ਆਪ ਹੀ ਪੈਣਾ। ਵਿਚਾਰੀ ਨਾ ਆਪਣਾ ਮੁੰਡਾ ਦੇਣ ਦੇ ਹੱਕ ਵਿੱਚ ਨਹੀਂ ਸੀਗੀ, ਪਰ ਇਹਨਾਂ ਨੇ ਨਾ ਕਹਿ ਕਹਿ ਕੇ ਉਹਨਾਂ ਤੋਂ ਧੱਕੇ ਨਾਲ ਮੁੰਡਾ ਲਿਆ ਗਾ। ਜੋ ਮਰਜ਼ੀ ਕਰਨ ਉਹ ਆਪਦੇ ਘਰੇ, ਤੂੰ ਵਿੱਚ ਕਾਹਦੇ ਛਿੰਜ ਪਾ ਕੇ ਆਈ ਆ। ਜਿਹੜੀਆਂ ਗੱਲਾਂ ਮੈਂ ਕਹਿ ਕੇ ਆਈ ਆ ਨਾ ਉਹ ਜੈਸਮੀਨ ਨੇ ਸਾਰੀਆਂ ਸਮਝੀਆਂ ਵੀ ਨੇ ਤੇ ਕਹਿੰਦੀ ਸਹੀ ਵੀ ਨੇ। ਗਲਤੀ ਹੋਈ ਮੇਰੀ ਆ, ਤੈਨੂੰ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ, ਇਕੱਲੇ ਹੀ ਜਾ ਕੇ ਚਾਚੀ ਦਾ ਮੂੰਹ ਮਿੱਠਾ ਕਰਾ ਆਉਂਦਾ। ਉਦਾਂ ਦਾ ਤੁਸੀਂ ਉੱਥੇ ਜਾ ਕੇ ਵੜਦੇ ਨਹੀਂ ਹੈਗੇ, ਅੱਜ ਬੜਾ ਚਾਚੀ ਦਾ ਹੇਜ ਆਉਂਦਾ ਪਿਆ ਤੁਹਾਨੂੰ। ਮੈਨੂੰ ਪਤਾ ਵਿਚਾਰਾ ਪਵਨ ਜਦੋਂ ਮੇਰੇ ਨਾਲ ਜਾਂਦਾ ਹੁੰਦਾ ਸੀ ਕਿੰਨਾ ਦੁਖੀ ਹੁੰਦਾ ਸੀ ਬੱਚੇ ਨੂੰ ਲੈ ਕੇ, ਅੱਜ ਉਹਦੇ ਘਰੇ ਖੁਸ਼ੀ ਆਈ ਆ ਤੇ ਤੁਹਾਨੂੰ ਤੜਫਣ ਹੋ ਗਈ। ਫਿਰ ਵੀ ਆਂਢ ਗੁਆਂਢ ਜਿੰਨੇ ਮਰਜ਼ੀ ਬੱਚੇ ਜਾ ਕੇ ਗੋਦ ਲੈ ਲੈਂਦਾ, ਇਹ ਜੈਸਮੀਨ ਦਾ ਹੀ ਲੈਣਾ ਸੀਗਾ। ਮੈਨੂੰ ਲੱਗਦਾ ਤੂੰ ਆਪਦੀ ਸੇਵਾ ਕਰਾਏਂਗੀ ਮੇਰੇ ਤੋਂ, ਅੱਜ ਬੱਚਾ ਉਹਨਾਂ ਦਾ ਉਹਨਾਂ ਨੇ ਲੈ ਲਿਆ, ਤੈਨੂੰ ਦੱਸ ਕਾਹਦੀ ਅੱਗ ਲੱਗੀ ਆ। ਹੱਥ ਨੂੰ ਕੀ ਦੇਖਦੀ ਪਈ ਆ, ਕੀ ਚੱਲਦਾ ਤੇਰੇ ਦਿਮਾਗ 'ਚ, ਦੱਸ ਦੇ ਮੈਨੂੰ। ਚਲੋ ਕੁਛ ਨਹੀਂ ਜੀ, ਚਲੋ ਜੋ ਮੈਂ ਕਹਿ ਆਈ ਨਾ ਜੈਸਮੀਨ ਨੂੰ ਕਹਿ ਆਈ, ਅੱਗੇ ਤੋਂ ਇਦਾਂ ਦਾ ਕੁਛ ਨਹੀਂ ਕਰਦੀ। ਕਹਿ ਹੀ ਨਹੀਂ, ਜਿਹੜੀਆਂ ਗੱਲਾਂ ਤੂੰ ਕਰਕੇ ਆਈ ਨਾ ਤੇਰੇ ਕਰਕੇ ਕਲੇਸ਼ ਪਿਆ ਉਹਨਾਂ ਦੇ ਘਰੇ, ਦੇਖੀ ਚੱਲ ਆਪਦਾ ਬੋਰਾ ਹੀ ਬਿਸਤਰਾ ਸਾਂਭ ਲਈ, ਨਹੀਂ ਤਾਂ ਤੇਰੀਆਂ ਲੱਤਾਂ ਟੁੱਟਣਗੀਆਂ। ਲੈ ਉਹਨਾਂ ਦੇ ਘਰੇ ਰੌਲਾ ਪਊਗਾ ਤੇ ਮੇਰੀਆਂ ਲੱਤਾਂ ਕਿਉਂ ਟੁੱਟਣਗੀਆਂ? ਚੱਲ ਕੋਈ ਗੱਲ ਨਹੀਂ, ਅੱਜ ਤੋਂ ਬਾਅਦ ਇਹ ਲੱਤਾਂ ਨਾ ਉਹਨਾਂ ਦੇ ਘਰ ਵੱਲ ਨਹੀਂ ਜਾਣਗੀਆਂ। ਮੈਂ ਤੈਨੂੰ ਮਨਾ ਨਹੀਂ ਕਰਦਾ ਉੱਧਰ ਜਾਣ ਨੂੰ, ਉੱਧਰ ਜਾ ਕੇ ਨਾ ਚੁਗਲੀਆਂ ਕਰਨੀਆਂ ਨਾ ਕਲੇਸ਼ ਪਾਉਣਾ, ਬਸ ਇੰਨਾ ਕੁ ਗੱਲ ਖਿਆਲ ਰੱਖੀ। ਠੀਕ ਆ ਜੀ, ਨਹੀਂ ਕਰਦੀ ਹੈਗੀ ਇਹ ਪਤਾ ਮੈਨੂੰ ਪੁੱਤ, ਆ ਦੋ ਖਿਡੌਣਿਆਂ ਨਾਲ ਤੇਰਾ ਕੁਛ ਨਹੀਂ ਬਣਨਾ ਹੈਗਾ, ਮੈਂ ਤੇਰੇ ਡੈਡੀ ਨੂੰ ਕਿਹਾ ਹੋਇਆ ਹੋਰ ਖਿਡੌਣੇ ਲੈ ਕੇ ਆਣਗੇ ਲੱਡੂ ਵਾਸਤੇ। ਐਸੀ ਕਰਦੇ ਐਸੀ।
ਕਿੱਦਾਂ ਭੈਣੇ, ਜਵਾਕ ਨਾਲ ਜ਼ਿਆਦਾ ਬਿਜ਼ੀ ਹੋ ਗਏ ਹੁਣ? ਤੂੰ ਇੱਥੇ ਇੱਕੋ ਦਮ ਤੇ ਨਾਲੇ ਕੱਲਾ ਆਣਾ ਤਾਂ ਮੈਂ ਕੱਲੇ ਨਹੀਂ ਸੀ ਮਿਲਣ, ਪਰ ਅੱਜ ਤੁਹਾਨੂੰ ਮਿਲਣ ਕੋਈ ਹੋਰ ਵੀ ਆਇਆ। ਤੈਨੂੰ ਭੈਣ ਦੀ ਖੁਸ਼ੀ ਕੀ ਗੱਲ ਬਰਦਾਸ਼ਤ ਨਹੀਂ ਸੀ ਜਿਹੜਾ ਰੰਗ ਦੇ ਵਿੱਚ ਭੰਗ ਪਾਉਣ ਵਾਸਤੇ ਇਹਨੂੰ ਲੈ ਕੇ ਆਇਆ ਨਾਲ? ਉਹ ਨਹੀਂ ਦੀਦੀ, ਇਹ ਹੁਣ ਉਹੋ ਜਿਹੀ ਨਹੀਂ ਰਹੀ, ਇਹ ਹੁਣ ਬਦਲ ਗਈ ਆ। ਦੀਦੀ ਇੱਧਰ ਆਇਓ। ਮੇਰੇ ਬਦਲਣ ਦੀ ਵਜ੍ਹਾ ਕਿਤੇ ਨਾ ਕਿਤੇ ਤੁਸੀਂ ਹੋ। ਜੇ ਉਸ ਦਿਨ ਤੁਸੀਂ ਮੈਨੂੰ ਬੇਔਲਾਦ ਦਾ ਤਾਨਾ ਨਾ ਮਾਰ ਕੇ ਜਾਂਦੇ ਤਾਂ ਸ਼ਾਇਦ ਮੈਂ ਆਪਣੇ ਪਰਿਵਾਰ ਨਾਲ ਵਿਚਰ ਕੇ ਨਹੀਂ ਸੀ ਰਹਿ ਸਕਦੀ। ਤੁਸੀਂ ਮੈਨੂੰ ਬਸ ਬੇਔਲਾਦ ਦਾ ਇੱਕ ਤਾਨਾ ਮਾਰ ਕੇ ਗਏ ਸੀ ਤੇ ਉਸ ਦੀ ਮੈਨੂੰ ਸਾਰੀ ਰਾਤ ਬੇਚੈਨੀ ਲੱਗੀ ਰਹੀ। ਤੁਸੀਂ ਤਾਂ ਦੀਦੀ ਉਹਲੇ ਤਾਨੇ ਵੀ ਸੁਣੇ ਆ ਜਿਹਦੇ ਵਿੱਚ ਤੁਹਾਡਾ ਕੋਈ ਕਸੂਰ ਵੀ ਨਹੀਂ ਸੀ। ਜੇ ਅੱਜ ਇਹ ਰੀਆ ਤੁਹਾਡੇ ਸਾਹਮਣੇ ਬਦਲ ਕੇ ਖੜੀ ਹੈ ਨਾ ਤੇ ਉਹਦੀ ਵਜ੍ਹਾ ਸਿਰਫ ਤੁਸੀਂ ਹੋ। ਅੱਛਾ ਚੱਲ ਸ਼ੁਕਰ ਹੈ, ਅੱਜ ਮੈਨੂੰ ਫੀਲ ਹੋ ਰਿਹਾ ਕਿ ਅੱਜ ਮੈਨੂੰ ਮੇਰੀ ਭਰਜਾਈ ਮਿਲਣ ਆਈ ਹੈ। ਦੀਦੀ ਤੁਹਾਡੀ ਭਰਜਾਈ ਅੱਜ ਤੁਹਾਨੂੰ ਮਿਲਣ ਤੇ ਆਈ ਹੈ ਪਰ ਨਾਲ ਹੀ ਤੁਹਾਨੂੰ ਕੁਛ ਦੇਣ ਵੀ ਆਈ ਹੈ। ਜੀ ਬੈਗ ਫੜਾਈਓ। ਦੀਦੀ ਪਲੀਜ਼ ਇਹਨੂੰ ਮਨਾ ਨਾ ਕਰਿਓ, ਸਾਡੇ ਤੋਂ ਜਿੰਨਾ ਹੋ ਸਕਿਆ ਅਸੀਂ ਕੀਤਾ, ਇਹਦੇ 'ਚ 1,00,000 ਰੁਪਏ ਹੈ, ਇਹਨੂੰ ਰੱਖੋ। ਉਹ ਨਾ ਦੀਦੀ ਮਨਾ ਨਾ ਕਰਿਓ, ਤੁਹਾਨੂੰ ਮੇਰੀ ਸਹੁੰ ਹੈ, ਇਹ ਤੁਹਾਨੂੰ ਰੱਖਣਾ ਹੀ ਪੈਣਾ। ਉਹ ਅੱਜੂ ਆ ਕੀ ਹੈ? ਇਤਨਾ 1,00,000 ਰੁਪਇਆ ਤੈਨੂੰ ਚੁੱਪ ਚਾਪ ਰੱਖ ਲਾ, ਨਾਲੇ ਅਸੀਂ ਵੀ ਮਾਮਾ ਮਾਮੀ ਬਣੇ ਆ, ਸਾਨੂੰ ਵੀ ਚਾਹ ਸ਼ਗਨ ਸਮਝ ਕੇ ਹੀ ਰੱਖ ਲਾ। ਇਹ 1,00,000 ਰੁਪਇਆ ਨਾ ਤਾਂ ਅਸੀਂ ਤੁਹਾਨੂੰ ਕੋਈ ਉਧਾਰ ਦੇ ਰਹੇ ਹਾਂ ਅਤੇ ਨਾ ਤੁਹਾਡੇ 'ਤੇ ਕੋਈ ਅਹਿਸਾਨ ਕਰ ਰਹੇ ਹਾਂ। ਰਿਸ਼ਤਿਆਂ ਦਾ ਹੋਣਾ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਰੂਰੀ ਹੈ ਇਹ ਮੈਨੂੰ ਹੁਣ ਪਤਾ ਲੱਗਾ। ਅੱਗੇ ਜਾ ਕੇ ਆਪਣਾ ਨਨਾਣ ਭਰਜਾਈ ਦਾ ਰਿਸ਼ਤਾ ਬਹੁਤ ਵਧੀਆ ਚੱਲੇਗਾ, ਮੈਂ ਤਾਂ ਇਹੀ ਸੋਚਦੀ ਹਾਂ। ਚਲੋ ਸ਼ੁਕਰ ਹੈ, ਇਹ ਵੀ ਨਾ ਲੱਡੂ ਦੇ ਪੈਰਾਂ ਨੂੰ ਹੌਲੀ ਹੌਲੀ ਸਾਰਾ ਕੁਛ ਠੀਕ ਹੁੰਦਾ ਪਿਆ। ਇੱਦਾਂ ਕਰੋ ਤੁਸੀਂ ਬੈਠੋ, ਮੈਂ ਚਾਹ ਪਾਣੀ ਬਣਾ ਕੇ ਲਿਆਉਂਦੀ ਹਾਂ। ਨਹੀਂ ਦੀਦੀ ਸਾਰਾ ਕੁਛ ਤਾਂ ਕਲੀਅਰ ਹੋ ਗਿਆ, ਪਰ ਜਿਹੜਾ ਤੰਗ ਤੁਹਾਨੂੰ ਮੈਂ ਕੀਤਾ, ਜਿਹੜੇ ਤਾਨੇ ਮੀਣੇ ਤੁਹਾਨੂੰ ਮੈਂ ਦਿੱਤੇ, ਉਹਨਾਂ ਦੀ ਮਾਫ਼ੀ ਮੰਗਣੀ ਤਾਂ ਹਜੇ ਰਹਿੰਦੀ ਹੈ ਨਾ। ਕੀ ਮਤਲਬ, ਮੈਂ ਸਮਝੀ ਨਹੀਂ।